ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਨ ਪ੍ਰੋ ਪੰਜਾਬੀ ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਸੰਧੂ ਅੱਜ ਅਸੀਂ ਪਹੁੰਚੇ ਆਂ ਪਿੰਡ ਆਲੂਪੁਰ ਸਬਡਿਵੀਜ਼ਨ ਸਰਦੂਲਗੜ ਦਾ ਇੱਕ ਬਾਰਡਰ ਦੇ ਏਰੀਏ ਦੇ ਲੱਗਦਾ ਪਿੰਡ ਆਲੂਪੁਰਾ ਇੱਥੇ ਇੱਕ ਗੁਰਦੁਆਰਾ ਸਥਿਤ ਹੈ ਸੰਤ ਮੰਡਲ ਗੁਰਦੁਆਰਾ ਸੰਤ ਮੰਡਲ ਸਾਹਿਬ ਵਿਖੇ ਅਸੀਂ ਇਸ ਟਾਈਮ ਮੌਜੂਦ ਆਂ ਤੇ ਇੱਥੋਂ ਦੇ ਸੰਤ ਨੇ ਜੋ ਇੱਥੇ ਕਾਰ ਸੇਵਾ ਨਿਭਾ ਰਹੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਹ ਗੁਰਦੁਆਰੇ ਦੀ ਜਿਹੜੀ ਇਮਾਰਤ ਦੀ ਹਜੇ ਉਸਾਰੀ ਹੈ ਜਿਹੜੀ ਚੱਲ ਰਹੀ ਹੈ ਉਹ ਸਾਰੀ ਉਧীন ਹੈ ਤੇ ਇਸ ਦੀ ਕਾਰ ਸੇਵਾ ਜਿਹੜੀ ਬੜੀ ਜੰਗੀ ਪੱਧਰ ਤੇ ਚੱਲ ਰਹੀ ਹੈ ਲੇਕਿਨ ਆਪਾਂ ਸੰਤਾ ਨਾਲ ਗੱਲ ਕਰਾਂਗੇ ਕਿ ਇਸ ਦੀ ਕਾਰ ਸੇਵਾ ਦੇ ਵਿੱਚ ਅਹਿਮ ਯੋਗਦਾਨ ਕੀ ਹੈ ਇਸ ਦੀ ਨੀਵ ਹੈ ਜਿਹੜੀ ਕਿਵੇਂ ਰੱਖੀ ਗਈ ਸੀ ਇਸ ਦੇ ਇਤਿਹਾਸ ਬਾਰੇ ਵੀ ਸੁਣੂਗਾ ਜਿਹਦੇ ਜਾਣੂ ਕਰਾਵਾਂਗੇ ਆਪਾਂ ਮਿਲਦੇ ਆਂ ਬਾਬਾ ਜੀ ਨੂੰ ਸਵਾਗਤ ਹੈ ਬਾਬਾ ਜੀ ਤੁਹਾਡਾ ਚੈਨਲ ਤੇ ਵਾਖ ਖਾਲਸਾ ਵਾਹ ਗੁਰਜੀ ਕੀ ਫਤਿਹ ਜੀ ਬਾਬਾ ਜੀ ਤੁਹਾਡਾ ਸਵਾਗਤ ਹੈ ਹੁਣ ਪਹੁੰਚ ਪੰਜਾਬੀ ਟੀਵੀ ਵਾਲਿਆਂ ਦਾ ਜੋ ਇੱਥੇ ਸਾਡੇ ਕੋਲ ਪਹੁੰਚੇ ਜੀ ਹਾਂਜੀ ਆ ਬਾਬਾ ਜੀ ਜੇ ਆਪਾਂ ਇਸ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਤਾਂ ਇਸ ਗੁਰਦੁਆਰਾ ਸਾਹਿਬ ਦਾ ਸਭ ਤੋਂ ਪਹਿਲਾਂ ਤਾਂ ਇਤਿਹਾਸ ਕੀ ਹੈ ਇੱਥੇ ਕੀ ਇਤਿਹਾਸ ਹੈ ਜੀ ਵਾਸਤੇ ਵੇਖੋ ਜੀ ਪਹਿਲਾਂ ਅਸੀਂ ਝੰਡਾ ਸਾਹਿਬ ਰਹੇ ਹਾਂ 10-11 ਸਾਲ ਹਾਂਜੀ ਜਿੱਥੇ 10ਵੇਂ ਪਾਸ਼ਾ ਮਹਾਰਾਜ ਨੇ ਚਰਨ ਪਾਏ ਪਵਿੱਤਰ ਚਰਨ ਆਪਣੇ ਜਿੱਥੇ ਬਾਬਾ ਬਲੈਸ਼ਾ ਜੀ ਰੋਜ਼ ਰੋਜ਼ਾਨਾ ਦੀ ਤਰ੍ਹਾਂ ਪਾਣੀ ਤਰੌਂਕਿਆ ਕਰਦੇ ਸਨ 2-3 ਕਿਲੋਮੀਟਰ ਤੇ ਲੋਕਾਂ ਦੇ ਪੁੱਛਣ ਤੇ ਵੀ ਪੀਰ ਜੀ ਤੁਸੀਂ ਕੀ ਕਰਦੇ ਜੇ ਇਹ ਪਾਣੀ ਕਿਹਦੇ ਵਾਸਤੇ ਤਰੌਂਕਦੇ ਜੇ ਤੇ ਉਹਨਾਂ ਨੇ ਕਹਿਣਾ ਕਿ ਇਹ ਮੇਰੇ ਰੰਗਲੇ ਮਾਈ ਮੇਰੇ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਨੇ ਮੈਨੂੰ ਇੱਥੇ ਦਰਸ਼ਨ ਦੇਣ ਆਉਣਾ ਉੱਥੇ ਦਾਸ ਨੇ 11 ਸਾਲ ਸੇਵਾ ਕਰਾਈ ਦਰਸ਼ਨੀ ਜੋੜੀ ਦੀ ਸਰੋਵਰ ਸਾਹਿਬ ਦੀ ਔਰ ਜਿਹੜਾ ਗੇਟ ਆ ਮੇਨ ਗੇਟ ਰੋਡ ਦੇ ਉੱਤੇ ਉਹ ਵੀ ਤਿਆਰ ਕਰਵਾਇਆ ਤੇ ਉਸ ਤੋਂ ਬਾਅਦ ਆਹੀਂ ਇੱਥੇ ਆਏ ਨੂੰ ਹੁਣ ਸਾਨੂੰ 8 ਸਾਲ ਹੋ ਗਏ 8 ਸਾਲਾਂ ਤੋਂ ਇਸ ਦੀ ਸੇਵਾ ਚੱਲ ਰਹੀ ਹੈ ਹਾਂਜੀ 8 ਸਾਲਾਂ ਤੋਂ ਸੇਵਾ ਚੱਲਦੀ ਇੱਥੇ ਆਉਂਦਿਆਂ ਸਾਰੀ ਪਹਿਲਾਂ ਤੇ ਲਾਕਡਾਊਨ ਹੋ ਗਿਆ ਜਿਹੜਾ ਕਿ ਕੋਰੋਨਾ ਕਾਲ ਆਇਆ ਉਹਦੇ ਵਿੱਚ ਵੀ ਸੇਵਾਵਾਂ ਬੜੀਆਂ ਵੱਡੀਆਂ ਕੀਤੀਆਂ ਗਈਆਂ ਉਸ ਤੋਂ ਬਾਅਦ ਆ ਸੰਘਰਸ਼ ਆ ਗਿਆ 13 ਮਹੀਨੇ ਲਗਾਤਾਰ ਇਸ ਗੁਰਦੁਆਰਾ ਸੰਤ ਮੰਡਲ ਆਲੂਪੁਰ ਤੋਂ ਬੜੀਆਂ ਵੱਡੀਆਂ ਸੇਵਾਵਾਂ ਸੰਗਰਸ਼ ਕੀਤੀਆਂ ਗਈਆਂ ਉਸ ਤੋਂ ਬਾਅਦ ਹੁਣ ਘਰਬਾਨ ਟੁੱਟਾ ਉਹਦੇ ਵਿੱਚ ਵੀ ਦਾਸ ਵੱਲੋਂ ਔਰ ਸੰਗਤ ਵੱਲੋਂ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਗਈਆਂ ਇਸ ਕਰਕੇ ਗੁਰੂ ਘਰ ਜਿਹੜਾ ਉਹ ਥੋੜਾ ਜਿਹਾ ਪਛੋਕੜ ਗਿਆ ਤਾਂ ਕਿ ਜੋ ਪੈਸਾ ਜਿੰਨਾ ਕਰੋੜ ਡੇਢ ਕਰੋੜ ਦੀ ਲਾਗਤ ਨਾਲ ਉਹ ਜਿਹੜਾ ਲੋਕਾਂ ਦੀ ਸੰਗਤ ਦੇ ਵਿੱਚ ਲੱਗ ਚੁੱਕਾ ਸੋ ਅਸੀਂ ਹੁਣ ਸਗੋਂ ਸੰਗਤਾਂ ਨੂੰ ਵੀ ਬੇਨਤੀ ਕਰਕੇ ਕਿ ਸੰਗਤਾਂ ਵੀ ਸਾਡੇ ਨਾਲ ਇਸ ਗੁਰੂ ਘਰ ਨੂੰ ਬਣਾਉਣ ਦੇ ਵਿੱਚ ਸਹਿਯੋਗ ਕਰਨ। ਬਾਬਾ ਜੀ ਜੇ ਆਪਾਂ ਗੱਲ ਕਰੀਏ ਸੇਵਾ ਦੀ ਤਾਂ ਇੱਥੇ ਸੇਵਾ ਜੀ ਚਲੋ ਜੰਗੀ ਪੱਧਰ ਤੇ ਚੱਲ ਰਹੀ ਹੈ ਲੇਕਿਨ ਉਹ ਪੈਸਾ ਜਾਂ ਫੰਡ ਹੈ ਉਹ ਕਿੱਥੋਂ ਆਦਾ ਕੌਣ ਹੈ ਇਹ ਜਿਹੇ ਲੋਕ ਨੇ ਜਿਹੜੇ ਸੇਵਾ ਕਰਨ ਦੇ ਨੇ ਇਥੇ। ਸੇਵਾ ਇਥੇ ਆਪਣਾ ਇਲਾਕਾ ਹੀ ਕਰਦਾ ਰਹੀ ਸਰਦੂਲਗੜ ਸਾਰਾ। ਹਾਂਜੀ। ਇਲਾਕਾ ਜਿਵੇਂ ਤਿੰਨ ਚਾਰ ਪਿੰਡ ਨੇ ਪੰਜ ਚਾਰ ਪਿੰਡ। ਉਹ ਜੋ ਕਣਕ ਝੋਨਾ ਥੋੜਾ ਬਾਦਾ ਜਿੰਨਾ ਕੋਈ ਦਿੰਦਾ ਸੇਵਾ ਕਰਦਾ। ਉਸੇ ਨਾਲ ਹੀ ਆਪਾਂ ਗੁਰੂ ਘਰ ਤਿਆਰ ਕਰ ਰਹੇ ਹਾਂ। ਪਰ ਬਈ ਹੋਰ ਵੀ ਇਸ ਤੋਂ ਇਲਾਵਾ ਕਿਤੇ ਆਪਣੀਆਂ ਸੇਵਾਵਾਂ ਜਿਹੜੀਆਂ ਚੱਲ ਰਹੀਆਂ ਕਾਰ ਸੇਵਾ ਹਾਂਜੀ ਇੱਥੇ ਆਨੰਦਪੁਰ ਸਾਹਿਬ ਜੀ ਅੰਮ੍ਰਿਤਸਰ ਦਰਬਾਰ ਸਾਹਿਬ ਬਾਬਾ ਸ਼ਹੀਦਾਂ ਦੇ ਗੁਰੂ ਬਾਬਾ ਦੀਪ ਸਿੰਘ ਜੀ ਦੇ ਬਾਬਾ ਬੁੱਢਾ ਸਾਹਿਬ ਜੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਗੁਰਦੁਆਰਾ ਬਾਲ ਲੀਲਾ ਪਟਨਾ ਸਾਹਿਬ ਅਤੇ ਗੁਰਦੁਆਰਾ ਤਖਤ ਸਾਹਿਬ ਸ੍ਰੀ ਜੂਰ ਪਟਨਾ ਸਾਹਿਬ ਤਖਤ ਸਾਹਿਬ ਤੇ ਵੀ ਸੇਵਾ ਚੱਲਦੀ ਹੈ ਗੁਰਦੁਆਰਾ ਕਰਿਹਾਲੀ ਸਾਹਿਬ ਪਾਸ਼ਾਹੀ 6ਵੀ ਤੇ 9ਵੀ ਗੁਰਦੁਆਰਾ ਸੁਲਤਾਨਪੁਰ ਲੋਧੀ ਅਟੱਛ ਔਰ ਸਾਰੀਆਂ ਇਸੇ ਤਰ੍ਹਾਂ ਹੀ ਸਾਡੀਆਂ ਆਲ ਇੰਡੀਆ ਦੇ ਵਿੱਚ ਸੇਵਾਵਾਂ ਚੱਲ ਰਹੀਆਂ ਨੇ ਬਹੁਤ ਵੱਡੀਆਂ ਜੰਗੀ ਪੱਦਰ ਤੇ ਬਾਈ ਇੱਕ ਜਿਹੜੇ ਦਰਸ਼ਕ ਹੈ ਚਲੋ ਬਹੁਤ ਲੋਕਾਂ ਨੇ ਤੁਹਾਡੀ ਵੀਡੀਓ ਬਣਾਈਆਂ ਵੀ ਹੋਣੀਆਂ ਆਏ ਵੀ ਹੋਣਗੇ ਇੱਕ ਦਰਸ਼ਕ ਜਨਨ ਨੂੰ ਬੜਾ ਉਤਾਵਲੇ ਹੈਗੇ ਆ ਵੀ ਤੁਹਾਡਾ ਜਨਮ ਕਿੱਥੋਂ ਦਾ ਹੋਇਆ ਤੇ ਤੁਸੀਂ ਇਹ ਸੇਵਾ ਭਾਵਨਾ ਦੇ ਵਿੱਚ ਕਿਵੇਂ ਆਏ ਉਹ ਸਾਰਾ ਥੋੜੀ ਜੀ ਸਟੋਰੀ ਸਾਂਝੀ ਕਰੋ ਉਹ ਜਨਮ ਸਾਡਾ ਜੀ ਅਮਰਸਰ ਸਾਹਿਬ ਦਾ ਸ਼ਹਿਰ ਦਾ ਜੀ ਔਰ ਸ਼ੁਰੂ ਤੋਂ ਸਾਨੂੰ ਸਾਡੇ ਪਿੰਡ ਜਿਵੇਂ ਚੰਡਾ ਕਲਾ ਇਤਿਹਾਸਕ ਸਥਾਨ ਇਸ ਤਰ੍ਹਾਂ ਸਾਡੇ ਪਿੰਡ ਵਿੱਚ ਵੀ ਗੁਰਦੁਆਰਾ ਬੋੜੀ ਸਾਹਿਬ ਪਾਤਸ਼ਾਹੀ 6ਵੀਂ ਇਤਿਹਾਸਕ ਸਥਾਨ ਸੀ ਤੇ ਛੋਟੇ ਹੁੰਦਾ ਨੇ ਅਸੀਂ ਉੱਥੇ ਸੇਵਾ ਕਰਨੀ ਗਜੇ ਦੀ ਸੇਵਾ ਕਰਨੀ ਦੁੱਧ ਲਿਆਉਣਾ ਫਿਰ ਸਾਰੀ ਦਿਹਾੜੀ ਲੰਗਰ ਵਰਤਾਉਣਾ ਉੱਥੋਂ ਸਾਨੂੰ ਜਿਹੜੀ ਸੇਵਾ ਦੀ ਲਗਨ ਲੱਗੀ ਔਰ ਫਿਰ ਐਸੀ ਪੰਜ ਭਰਾਵਾਂ ਜੀ ਘਰ ਪੰਜਾਂ ਭਰਾਵਾਂ ਚੋਂ ਇੱਕ ਮੈਨੂੰ ਮੇਰਾ ਭਰਾ ਵੱਡਾ ਜਿਹੜਾ ਬ੍ਰਦਰ ਸੀਗਾ ਉਹ ਉੱਥੇ ਗੁਰੂ ਘਰ ਛੱਡ ਕੇ ਗਿਆ ਚੜਾਵਾ ਚੜਾ ਕੇ ਗਿਆ ਅਰਦਾਸ ਕਰਕੇ ਗਿਆ ਵੀ ਬਾਬਾ ਜੀ ਅਸੀਂ ਇਹਨੂੰ ਸੁੱਖਿਆ ਸੀਗਾ ਤੇ ਇਸ ਨੂੰ ਅਸੀਂ ਤੁਹਾਡੇ ਗੁਰੂ ਘਰ ਤੋਂ ਚੜਾਉਣਾ ਤੇ ਉਹ ਫਿਰ ਮੈਨੂੰ ਛਡਾਵਾ ਚੜਾ ਕੇ ਗਏ ਹਾਂ ਜੀ ਉਸ ਤੋਂ ਬਾਅਦ ਬਸ ਗੁਰੂ ਘਰ ਨਾਲ ਜੁੜੇ ਉਸ ਤੋਂ ਬਾਅਦ ਆ ਫਿਰ ਪੂਰੀ ਵਾਲਿਆਂ ਕੋ ਰਹੇ ਅਸੀਂ ਉਹ ਸ਼ੁਰੂ ਤੋਂ ਆਏ ਆ ਤੇ ਪੂਰੀ ਵਾਲਿਆਂ ਕੋ ਸੇਵਾਵਾਂ ਕੀਤੀਆਂ ਠੀਕ ਹੈ ਜੀ ਨਹੀਂ ਮਤਲਬ ਉਹ ਸ਼ੁਰੂ ਤੋਂ ਲੈ ਕੇ ਹੀ ਤੁਸੀਂ ਮਤਲਬ ਗੁਰੂ ਘਰਾਂ ਦੀ ਸੇਵਾ ਦੇ ਵਿੱਚ ਜਿਹੜੀ ਲੱਗਣ ਲੱਗੀ ਉਦੋਂ ਜੁੜ ਗਏ ਬਸ ਜੀ ਜੀ ਸ਼ੁਰੂ ਤੋਂ ਹੀ ਜੀ ਠੀਕ ਹੈ ਹਾਂ ਜੀ ਹੁਣ 33 ਸਾਲ ਹੋ ਗਏ ਸਾਨੂੰ ਗੁਰੂ ਘਰਾਂ ਦੀ ਸੇਵਾ ਕਰਦਿਆਂ ਨੂੰ ਕਦੀ ਅੰਮ੍ਰਿਤਸਰ ਕਦੀ ਰੋਧਰਪੁਰ ਐਵੇਂ ਜਿਵੇਂ ਚੰਡਾ ਸਾਹਿਬ ਇਸ ਤਰ੍ਹਾਂ ਕਰਕੇ ਸਾਰੇ ਸੇਵਾਵਾਂ ਜਿਹੜੀਆਂ ਚੱਲ ਰਹੀਆਂ ਠੀਕ ਹੈ ਜੀ ਬਹੁਤ ਵਧੀਆ ਗੱਲ ਹੈ ਤੁਸੀਂ ਦਰਸ਼ਕੋ ਸੁਣਿਆ ਸੰਤਾਂ ਤੋਂ ਕਿ ਕਿਵੇਂ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਸਕਾਰ ਸੇਵਾ ਜਿਹੜੀ ਚੱਲ ਰਹੀ ਹੈ ਤੇ ਕਿਵੇਂ ਇਸ ਜਿਹੜੀ ਜ਼ਿੰਦਗੀ ਨੂੰ ਇਹ ਸੰਤ ਨੇ ਜਿਹੜੇ ਬਤੀਤ ਕਰ ਰਹੇ ਨੇ ਤੇ ਇਸ ਸਕਾਰ ਸੇਵਾ ਦੇ ਵਿੱਚ ਲੋਕਾਂ ਦੇ ਸਹਿਯੋਗ ਨਾਲ ਜਿਹੜਾ ਆਪਣਾ ਅਹਿਮ ਯੋਗਦਾਨ ਗੁਰਦੁਆਰਾ ਸਾਹਿਬ ਬਣਾ ਕੇ ਜਾਂ ਕਿਤੇ ਗੇਟ ਬਣਾ ਕੇ ਆਪਣਾ ਜਿਹੜਾ ਫਰਜ਼ ਹੈ ਜਿਹੜਾ ਨਿਭਾ ਰਹੇ ਨੇ ਇਸ ਇਸੇ ਟ੍ਰੇਨ ਨਾਲ ਆਪਣੀ ਇੱਕ ਭਰਾ ਇਸ ਪਿੰਡ ਦੇ ਵਸਨੀਕ ਹੈ ਜਿਹੜੇ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਨੂੰ ਵੀ ਆਪਾਂ ਗੱਲਬਾਤ ਕਰਾਂਗੇ ਗੁਰਦੁਆਰਾ ਸੰਤ ਮੰਡਲ ਸਾਹਿਬ ਬਾਰੇ ਹਾਂਜੀ ਗੁਰਦੁਆਰਾ ਸਾਹਿਬ ਬਾਰੇ ਕੀ ਜਾਣਕਾਰੀ ਰੱਖਦੇ ਹੋ ਤੇ ਕੀ ਲੋਕਾਂ ਨੂੰ ਅਪੀਲ ਕਰਨੀ ਚਾਹੋਗੇ ਗੁਰਦੁਆਰਾ ਜਿਹੜਾ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਸੱਸੀ ਗੱਲ ਬੁਲਾਉਣਾ ਚਾਹਣਾ ਜੋ ਆਲੂਪੁਰ ਦੇ ਵਿੱਚ ਸੰਤ ਮੰਡਲ ਗੁਰਦੁਆਰਾ ਸਾਹਿਬ ਹੈਗਾ ਜਿਹੜਾ ਸੰਤ ਬਾਬਾ ਸਤਨਾਮ ਸਿੰਘ ਜੀ ਦੀ ਰਹਿਨਮਾਈ ਦੇ ਹੇਠ ਇਹ ਗੁਰਦੁਆਰਾ ਬਣ ਰਿਹਾ ਜੀ ਪਰ ਇੱਕ ਮੈਂ ਵੱਡੀ ਗੱਲ ਇਹ ਕਹਿਣਾ ਜਦੋਂ ਵੀ ਕੋਈ ਜਿੱਦਾਂ ਹੁਣ ਕਿਸਾਨ ਅੰਦੋਲਨ ਸੀਗਾ ਉਸ ਤੋਂ ਬਾਅਦ ਫਲੱਡ ਆ ਚੁੱਕਿਆ ਸੀਗਾ ਕਾਫੀ ਨੁਕਸਾਨ ਹੋਇਆ ਹਲਕੇ ਦੇ ਵਿੱਚ ਬਾਬਾ ਜੀ ਦਾ ਅਹਿਮ ਯੋਗਦਾਨ ਰਿਹਾ ਉਸ ਟਾਈਮ ਵੀ ਲੰਗਰਾਂ ਦੇ ਵਿੱਚ ਕਿਸਾਨੀ ਅੰਦੋਲਨ ਲਗਾ ਲੋ ਚਾਹੇ ਕਰੋਨਾ ਕਾਲ ਲਗਾ ਲੋ ਉਸ ਦੇ ਵਿੱਚ ਵੀ ਬਾਬਾ ਸਤਨਾਮ ਸਿੰਘ ਜੀ ਅਹਿਮ ਇੱਕ ਰੋਲ ਰਿਹਾ ਸੀ ਕਹਿ ਸਕਦੇ ਆ ਇਸ ਨੂੰ ਚੰਗੀ ਸੇਵਾ ਨਿਭਾਈ ਲੰਗਰਾਂ ਦੀ ਸੇਵਾ ਹਰ ਸਮੇਂ ਤਿਆਰ ਪਰ ਤਿਆਰ ਬਾਬਾ ਸਤਨਾਮ ਸਿੰਘ ਜੀ ਰਹਿੰਦੇ ਨੇ ਠੀਕ ਹੈ ਤੇ ਇਸ ਤੋਂ ਇਲਾਵਾ ਕੋਈ ਆਪਣਾ ਸੁਖਿੰਦਰ ਜੀ ਪਿੰਡ ਵਾਸੀਆਂ ਨੂੰ ਕੋਈ ਅਪੀਲ ਤੁਹਾਡੇ ਵੱਲੋਂ ਕਿਉਂਕਿ ਦੇਖੋ ਕੋਈ ਵੀ ਧਾਰਮਿਕ ਸੰਸਥਾ ਚਲਾਉਣੀ ਹੈ ਤਾਂ ਉਹਦੇ ਵਾਸਤੇ ਕੋਈ ਵੀ ਰਾਸ਼ਨ ਦੀ ਲੋੜ ਹੁੰਦੀ ਹੈ ਪੈਸੇ ਦੀ ਲੋੜ ਹੁੰਦੀ ਹੈ ਰਸਦ ਦੀ ਲੋੜ ਹੁੰਦੀ ਹੈ ਤਾਂ ਉਹਦੇ ਬਾਰੇ ਕੀ ਅਪੀਲ ਹੈ ਲੋਕਾਂ ਨੂੰ ਮੈਂ ਤਾਂ ਇਹ ਅਪੀਲ ਕਰਨਾ ਚਾਹੁੰਦਾ ਇਸ ਗੁਰਦੁਆਰਾ ਸੰਤ ਮੰਡਲ ਸਾਹਿਬ ਹਰ ਸਮੇਂ ਲੰਗਰ ਲੰਗਰ ਦੀ ਜਿਹੜੀ ਸੇਵਾ ਤਿਆਰ ਪਰ ਤਿਆਰ ਰਹਿੰਦੀ ਹੈ ਲੰਗਰਾਂ ਦੀ ਸੇਵਾ ਇੱਥੇ ਤਿਆਰ ਹੁੰਦੀ ਹੈ ਪਰ ਬਾਬਾ ਜੀ ਇਸ ਵਿੱਚ ਇਕੱਲੇ ਤਾਂ ਸਹਿਯੋਗ ਨਹੀਂ ਕਰ ਸਕਦੇ ਸਾਡਾ ਵੀ ਫਰਜ਼ ਬੰਦਾ ਬਾਬਾ ਜੀ ਦਾ ਸੀ ਸਹਿਯੋਗ ਕਰੀਏ ਅਤੇ ਇਸ ਨੂੰ ਹੋਰ ਬਲੰਦੀਆਂ ਤੱਕ ਪਿੰਡ ਦਾ ਨਾਮ ਰੋਸ਼ਨ ਕਰੀਏ ਜੀ ਬਹੁਤ ਵਧੀਆ ਗੱਲ ਜੀ ਤੁਸੀਂ ਸੁਣਿਆ ਸੁਖਿੰਦਰ ਸਿੰਘ ਜੀ ਦੀ ਇੱਕ ਅਪੀਲ ਹੈ ਜਿਹੜੀ ਲੋਕਾਂ ਨੂੰ ਕਿ ਜੋ ਦਾਨ ਪਾਤਰ ਬੰਦਾ ਹੈਗਾ ਇਸ ਗੁਰਦੁਆਰਾ ਸਾਹਿਬ ਨੂੰ ਵੀ ਦਿੱਤਾ ਜਾਵੇ ਕਿਉਂਕਿ ਇਹ ਨ ਸੰਤਾ ਵੱਲੋਂ ਜਿਹੜੀ ਬੜਮੁੱਲੀ ਸੇਵਾ ਹੈ ਜਿਹੜੀ ਨਿਭਾਈ ਜਾਂਦੀ ਹੈ ਲੋਕਾਂ ਦੇ ਹਿੱਤ ਦੇ ਵਿੱਚ ਚਾਹੇ ਉਹ ਕਰੋਨਾ ਕਾਲ ਸੀ ਚਾਹੇ ਉਹ ਕਿਸਾਨੀ ਅंदोलਨਦਾਰਾਂ ਸੀ ਚਾਹੇ ਉਹ ਘੱਗਰ ਦੇ ਜਦੋਂ ਮਹਾੜਾਏ ਸੀ ਤਾਂ ਉਦੋਂ ਸੀ ਹਰ ਇੱਕ ਸੇਵਾ ਜਿਹੜੀ ਸੰਤਾ ਵੱਲੋਂ ਮੋਰੀ ਹੋ ਕੇ ਜਿਹੜੀ ਨਿਭਾਈ ਜਾ ਰਹੀ ਹੈ ਇਤਨੇ ਮਿਲਦੇ ਹਾਂ ਕਿਸੇ ਅਗਲੀ ਅਪਡੇਟ ਦੇ ਨਾਲ ਕੈਮਰਾਮੈਨ ਰਮਨ ਦੇ ਨਾਲ ਗੁਰਜੀਤ ਸਿੰਘ ਸੰਧੂ ਦੀ ਖਾਸ ਰਿਪੋਰਟ